36 ਲੱਖ ਰੁਪਿਆ ਆਫਰ ਲਾਓ ਗੱਡੀ ਨੂੰ, ਰਾਜ ਨੀ ਆਉਣਾ ਵੱਡੀ ਸਰ, ਮਜਬੂਰੀ ਹੈ ਮੇਰੀ, ਹਾਂਜੀ ਰਾਜ ਨੀ ਆਉਣਾ, 27 ਲੱਖ ਰੁਪਿਆ ਸਾਢੇ ਤਰੀ ਲੱਖ ਰੁਪਿਆ ਕਾਰ ਬਹੁਤ ਨਵੀਂ ਹਾਂਜੀ ਇਕੱਤੀ ਲੱਖ ਰੁਪਿਆ ਸਾਢੇ ਇਕੱਤੀ ਲੱਖ ਰੁਪਿਆ ਪੈਂਤੀਆਂ ਦੀ ਨਹੀਂ ਨਿਕਲਦੀ ਬੋਲੋ 32 ਲੱਖ ਰੁਪਏ ਦੀ ਗੱਡੀ ਦੇਣੀ 32 ਲੱਖ ਰੁਪਿਆ ਨਹੀਂ ਜੀ 32 ਲੱਖ ਰੁਪਿਆ 32 ਲੱਖ ਰੁਪਏ ਤੋਂ ਜੀ 31 ਲੱਖ ਤੋਂ ਉੱਤੇ ਤਾਂ ਜੀ 32 ਲੱਖ ਰੁਪਏ ਜੀ ਦੋ ਜੀ ਹੈ ਕੋਈ ਆਪਣੀ ਆਫਤ ਨਹੀਂ ਹੈ ਜੀ 32 ਲੱਖ ਰੁਪਿਆ ਸੇਠ ਜੀ ਚਾਰਜਰ ਕਾਲਾ ਉੱਧਰ ਆਈ ਪਲਟਸ ਕਿਹੜਾ ਮਾਡਲ ਕਿਹੜਾ ਜੀ
ਪੰਜ ਮਾਡਲ ਤੇ 7.5 ਲੱਖ ਰੁਪਈਆ ਮੰਗਣੇ ਚਾਹੀਦੇ ਪੈਸੇ। ਆਫਰ ਲਾਓ ਗੱਡੀ ਨੂੰ ਜੀ, 7.5 ਲੱਖ ਰੁਪਇਆ ਡਿਮਾਂਡ ਕਰ ਰਹੇ ਨੇ ਪੰਜ ਮਾਡਲ ਦੀ ਕਲਟਸ। 3 ਲੱਖ ਰੁਪਇਆ 3 ਲੱਖ ਰੁਪਇਆ ਜੀ, 3 ਲੱਖ ਰੁਪਇਆ, 3,10,000 ਰੁਪਇਆ ਜੀ, 3,10,000 ਰੁਪਇਆ, 3,20,000 ਰੁਪਇਆ ਜੀ, 3,25,000 ਰੁਪਇਆ ਜੀ, 3,25,000 ਰੁਪਇਆ ਪੰਜ ਮਾਡਲ ਜੀ, ਪੰਜ ਮਾਡਲ ਦੀ ਕਲਟਸ 3,25,000 ਰੁਪਇਆ, 40,000 ਰੁਪਇਆ ਗੱਡੀ ਲਾ ਕੇ ਚਾਰ ਲੱਖ ਰੁਪਇਆ ਕਿੰਨੇ ਨੀ ਦੇਣੀ? 7 ਤੱਲੇ ਨੀ ਦੇਣੀ, 4.5 ਲੱਖ ਦੀ ਗੱਡੀ ਦੇਣੀ, 4.5 ਲੱਖ ਦੀ ਗੱਡੀ ਦੇਣੀ। ਇਹ ਬੁੱਲ ਨੀ ਜਾਓ, ਇਹ ਗਾਹਕ ਤੇ ਲਾਣਾ ਹੁੰਦਾ, ਮੈਂ ਤੇ ਲਾਣਾ ਨਹੀਂ। 4.5 ਦੀ ਗੱਡੀ ਦੇਣੀ, 60 ਦੀ ਗੱਡੀ ਦੇਣੀ, 70 ਦੀ ਗੱਡੀ ਦੇਣੀ, 80 ਦੀ ਗੱਡੀ ਦੇਣੀ, 90 ਦੀ ਗੱਡੀ ਦੇਣੀ, 5 ਲੱਖ ਦੀ ਗੱਡੀ ਦੇਣੀ। ਹੁਣ ਵੇਖਿਆ ਆਪੇ ਰੇਟ ਦਾ ਚੇਂਜ ਹੋ ਗਿਆ, ਦੇਣੀ ਨੀ। 5 ਲੱਖ ਰੁਪਇਆ ਬੋਲੋ ਜੀ, 5 ਲੱਖ ਰੁਪਇਆ ਜੀ, 5 ਲੱਖ ਰੁਪਇਆ, 5 ਲੱਖ ਰੁਪਇਆ ਕਿੰਨੇ ਦੀ ਦੇਣੀ? ਕਿੰਨੇ ਦੀ? 7 ਲੱਖ ਤਾਂ ਕਹਿੰਦੇ ਇਕੱਲੇ ਨੀ ਦੇਣੀ ਮੈਂ, 5 ਮਾਡਲ ਦੀ ਕਲਟਾ 7 ਲੱਖ ਰੁਪਇਆ, 7 ਲੱਖ ਰੁਪਇਆ, 7 ਲੱਖ ਰੁਪਇਆ ਤੇ 5 ਲੱਖ ਰੁਪਇਆ ਹੈ, 5 ਲੱਖ ਤੋਂ ਤੇਰਾ ਜੀ, 5 ਲੱਖ ਰੁਪਇਆ, 1 ਜੀ, 2 ਜੀ, 3 ਜੀ। ਚਲੋ ਜੀ ਬਾਹਰ ਕੱਢੋ, ਕੱਢੋ ਜੀ, ਕੱਢੋ ਅਲਟਸ ਨੂੰ ਬਾਹਰ ਕਢਵਾਓ ਪਰੇ। ਅੱਗੇ ਕਰੋ ਜੀ ਗੱਡੀ, ਇਹਨੂੰ ਕਿ ਬਾਹਰ ਆਣ ਦੇ ਵਿੱਚ ਰੋਕੀ। ਜੀ ਗੱਡੀ ਬਾਹਰ ਰੋਸ਼ਨੀ ਚਲਾ ਰਹੇ, ਰੋਸ਼ਨੀ ਹੋਰ ਅੱਗੇ ਆਣ ਦੇ ਨਾ, ਅੱਗੇ ਆਣ ਦੇ ਰੋਸ਼ਨੀ ਅੱਗੇ ਆਣ ਦੇ, ਅੱਗੇ ਕਰੋ ਥੋੜ੍ਹੀ ਜਿਹੀ। ਠੀਕ ਹੈ ਹਾਂਜੀ, ਹੁੰਦਾ ਸਿਰੇ ਕਿ ਸਨ ਰੋਕ ਦੇ ਹਾਂਜੀ। ਕਿਹੜਾ ਮਾਡਲ ਜੀ? 4 ਮਾਡਲ, 4 ਮਾਡਲ ਜੀ, ਆਟੋ ਮੈਨੂਅਲ, ਆਟੋ ਫੁੱਲ ਆਪਸ਼ਨ, ਪੈਸੇ ਸਰ 17 ਲੱਖ ਰੁਪਇਆ, ਆਟੋ ਫੁੱਲ ਆਪਸ਼ਨ 3 ਮਾਡਲ 17 ਲੱਖ ਰੁਪਇਆ, ਸੋਰੀ 4 ਮਾਡਲ, 4 ਮਾਡਲ ਹੈ, 4 ਇੰਚ ਲੈਟ ਆਈ ਕਿੰਨੀ ਹੋਣੀ ਹਾਂਜੀ?
ਤਿੰਨ ਮਾਡਲ ਦੀ ਗੱਡੀ ਜੀ, ਤਿੰਨ ਬਟਾ ਚਾਰ ਸਮਝੋ, ਚਾਰ ਹੀ ਹੋਣੀ ਹੈ। ਵੈਸੇ ਹਸਪਤਾਲ ਕਿੰਨੇ ਜੀ? 17 ਲੱਖ ਰੁਪਇਆ ਸਾਰੇ ਨੇ, ਸਾਰੇ ਵਾਲੀ ਹੈ। ਫੁੱਲ ਆਪਸ਼ਨ ਵਾਲੀ ਗੱਡੀ ਜੀ ਸਾਡੇ। ਹਾਂਜੀ, ਦੱਸੋ ਜੀ, ਆਫਰ ਲਾਓ ਗੱਡੀ ਜੀ। ਸਾਡੇ 17 ਡਿਮਾਂਡ ਕਰ ਰਹੇ ਜੀ, ਆਟੋ ਗੇਅਰ ਵਾਲੀ ਫੁੱਲ ਆਪਸ਼ਨ ਦੀ ਗੱਡੀ। ਆਫਰ ਲਾਓ ਗੱਡੀ ਨੂੰ, ਆਫਰ ਲਾਓ ਗੱਡੀ ਨੂੰ। ਸਾਡੇ 10 ਲੱਖ ਰੁਪਇਆ ਜੀ, ਸਾਡੇ 10 ਲੱਖ, ਸਾਡੇ 10 ਲੱਖ ਰੁਪਇਆ ਜੀ, ਸਾਡੇ 10 ਲੱਖ ਰੁਪਇਆ, 11 ਲੱਖ ਰੁਪਇਆ ਜੀ। ਆਟੋ ਗੇਅਰ ਦੀ ਗੱਡੀ ਫੁੱਲ ਆਪਸ਼ਨ ਵਾਲੀ 11 ਲੱਖ ਰੁਪਇਆ ਜੀ, 11 ਲੱਖ ਰੁਪਇਆ। ਸਾਰੀ ਚੈਟ ਮੇਰੇ ਭਾਅ ਜੀ, ਤੁਹਾਡੇ ਨਾਮ? ਤੁਹਾਡੇ ਨਾਮ ਹੈ ਗੱਡੀ ਮਾਸ਼ਾਅੱਲਾ ਸੋਹਣੀ ਹੈ ਤੁਹਾਡੀ। ਸਾਡਾ 11 ਲੱਖ ਰੁਪਇਆ, ਹੱਸਦੇ ਹੋ? ਮੈਂ ਲਤੀਫਾ ਤਾਂ ਨਹੀਂ ਸੁਣਾ ਹੈ। 12 ਲੱਖ ਰੁਪਇਆ ਆਇਓ ਆਪਸ, 12 ਲੱਖ ਰੁਪਇਆ। ਹਾਂਜੀ, 12 ਲੱਖ ਰੁਪਇਆ। ਕਹਿੰਦੇ ਜੀ ਸੋਲਾਂ ਤੋਂ ਥੱਲੇ ਮੈਂ ਦੇਣੀ ਕੋਈ, ਮੈਂ ਟਾਈਮ ਨਹੀਂ ਲਾਇਆ ਕਰਦਾ। ਸਾਢੇ 13 ਲੱਖ ਦੀ ਗੱਡੀ ਦਿੰਦੇ ਹੋ? ਸਾਢੇ 13 ਲੱਖ ਰੁਪਇਆ, ਸਾਢੇ 13 ਲੱਖ ਰੁਪਇਆ। ਹਾਂਜੀ, 14 ਲੱਖ ਰੁਪਇਆ, ਸੋਚ ਲਓ 14 ਲੱਖ ਰੁਪਇਆ। ਓਏ ਕੈਮਰਾ ਕਿਹਦਾ ਪਿਆ ਉੱਤੇ? ਇੱਕ ਮਿੰਟ ਬਾਜੀ ਠਹਿਰ ਰਿਹਾ, ਗੱਡੀ ਨਾ ਲਾਇਆ। ਓ ਸਾਜਰ ਬਾਈ, ਨੰਬਰ ਲਿਖਾਇਆ ਜੇ? 14:30 ਤੱਕ ਦੇ ਦਈਏ ਬਾਜੀ। ਬਾਜੀ ਕਿਹਦੀ ਹਰਸੇ ਕੋਲ ਦੀ ਹੈ? ਅੱਛਾ ਜੀ, ਗੱਡੀ ਦੀ ਮਾਡਲ ਦੱਸੋ ਜੀ। 13 ਯੂਰੋ ਇੰਜਣ ਵਾਲੀ, ਏਸੀ ਚਾਲੂ, ਪਸੀਨੇ ਕਿਉਂ ਨਿਕਲੇ? ਹਾਂਜੀ, ਕਿੱਥੇ ਚੱਲਣਾ ਹੈ? ਓਕੇ ਲਾ ਗੱਡੀ। ਹਾਂਜੀ, ਪੈਸੇ ਦੱਸੋ ਜੀ। ਸਾਢੇ 9 ਬੋਲੋ ਜੀ। 9 ਦੀ ਨੀ ਵਿਕਣੀ ਕਰਾਚੀ ਨੰਬਰ, ਪੈਸੇ ਜਾਇਜ਼ ਕਰਜੇ ਗੱਡੀ ਵੇਚਣੀ ਆ। ਆਇਆ ਚੀਤਾ? ਹਾਂਜੀ, 6 ਲੱਖ ਰੁਪਇਆ ਜੀ, 6 ਲੱਖ ਰੁਪਇਆ, 6 ਲੱਖ ਰੁਪਇਆ ਜੀ, 6 ਲੱਖ ਰੁਪਇਆ। ਹਾਂਜੀ, 13 ਹੈਲੋ, ਅੱਛਾ ਜੀ, ਹਾਂਜੀ ਦੱਸੋ ਜੀ,
ਰੱਖਣ ਵਾਲੀ ਗੱਲ ਕਰੋ, ਗੱਡੀ ਕਿੰਨੇ ਨੇ ਦੇਣੀ ਜੀ? ਮੁਕਦੀ ਮੁਕਾਈਏ 6 ਲੱਖ ਦਾ ਮੁਕਾ ਬੋਲੋ 6 ਲੱਖ 10 ਹਜ਼ਾਰ ਰੁਪਇਆ ਰਹਿਣ ਤੋਂ ਨਹੀਂ ਰਹਿਣ ਦੇ ਬੋਲੋ ਜੀ। ਨਹੀਂ ਜੀ ਕੋਈ 6-10 ਦਿੱਤੇ ਦੋ ਜੀ। 13 ਮਾਡਲ ਦੀ ਯੂਰੋ ਮਿਰਾਨ 6 ਲੱਖ 10 ਹਜ਼ਾਰ ਰੁਪਇਆ 15,000 ਰੁਪਇਆ ਜੀ ਬੋਲੋ ਜੀ 20,000 ਰੁਪਇਆ ਏ ਸੀ ਚੱਲ ਸਾਵਧਾਨ ਪੂਰੇ ਪੱਕੀ 13 ਮਾਡਲ ਯੂਰੋ ਬੋਲੋ ਜੀ। ₹6,70,000 ਬੋਲੋ ਬੋਲਣ ਬੰਦ ਕਰ ਦੋ ਯਾਰ ਗੱਡੀ ਦੇਖ ਲਈ ਬੋਲਣ ਬੰਦ ਕਰ। ਅੱਠ ਦੀ ਕਹਿੰਦਾ ਜੀ ਗੱਡੀ ਦੇ ਦਾਂਗਾ 6,70,000 ਰੁਪਇਆ 6,70,000 ਰੁਪਇਆ 6,70,000 ਰੁਪਇਆ ਹਾਂਜੀ ਬੋਲੋ ਭਾਜੀ ਕਾਪੀ ਫਾਈਲ ਸਮਾਰਟ ਕਾਰਡ ਸਭ ਕੁਝ ਕਲੀਅਰ ਹਰ ਚੈੱਕ ਮੌਕੇ ਤੇ ਮਿਲੇਗੀ ਡਾਕੂਮੈਂਟ ਦੀ ਤਸੱਲੀ ਮਿਲੇਗੀ ਉਹਦੀ ਪਰੇਸ਼ਾਨੀ ਨਹੀਂ ਲੈਣੀ। ਯੂਰੋ ਗੱਡੀ ਏ ਏਸੀ ਵਾਲੀ ਏ ਏਸੀ ਚਾਲੂ ਏ ਗੱਡੀ ਦਾ ਹਾਂਜੀ ਬੋਲੋ 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 ਹਾਂਜੀ ਕੋਈ ਸਮਝ ਚ 6,70,000 ਰੁਪਇਆ ਹਾਂਜੀ 75,000 ਰੁਪਇਆ 80,000 ਰੁਪਇਆ 85,000 ਰੁਪਇਆ 7 ਲੱਖ ਰੁਪਇਆ 7 ਲੱਖ ਰੁਪਇਆ ਜੀ 7 ਲੱਖ ਰੁਪਇਆ 7 ਲੱਖ ਰੁਪਇਆ ਜੀ 7 ਲੱਖ ਰੁਪਇਆ 7 ਲੱਖ ਰੁਪਇਆ 7 ਲੱਖ ਰੁਪਇਆ 7 ਲੱਖ ਰੁਪਇਆ ਹਾਂਜੀ ਬੋਲੋ ਮੁਕਦੀ ਮੁਕਾਓ ਯਾਰ ਹੌਲੀ ਹੌਲੀ ਆਏਗਾ ਥੱਲੇ 7-80 ਤੇ ਆ ਗਿਆ ਜੇ 7 ਲੱਖ ਰੁਪਇਆ ਗੱਡੀ ਨੂੰ ਲੱਗ ਗਿਆ ਮੁਨਾਸਬ ਰੇਟ ਦੀ ਗੱਡੀ ਏ 7 ਲੱਖ ਰੁਪਇਆ ਤੇ 7,80,000 ਰੁਪਇਆ 7 ਲੱਖ ਰੁਪਇਆ ਜੀ 7 ਲੱਖ ਰੁਪਇਆ ਲੱਗਿਆ ਹੋਣਾ 8:30 ਉਸ ਗੱਲ ਨੂੰ ਛੱਡ ਦਿਓ ਹੁਣ ਦੀ ਗੱਲ ਕਰੋ 8:30 ਲੱਗਾ ਗੱਡੀ ਨੂੰ ਲੱਗਦੇ ਰਹਿੰਦੇ ਨੇ ਪੈਸੇ ਹੁਣ ਦੀ ਗੱਲ ਕਰੋ ਜਿਹੜੀ ਹੈ 7 ਲੱਖ ਤੋਂ ਉੱਤੇ ਦਾ ਜੀ 7 ਲੱਖ ਰੁਪਇਆ ਉੱਥੇ ਕੋਸ਼ਿਸ਼ ਕਰ ਰਿਹਾ 7 ਲੱਖ ਰੁਪਇਆ ਹਾਂ ਪਰ ਸਖਤ ਉੱਤੇ ਦਾ ਜੀ 7 ਲੱਖ ਰੁਪਇਆ 7 ਲੱਖ ਰੁਪਇਆ 7 ਲੱਖ ਰੁਪਇਆ ਮੁਸਤਫਾ ਬਾਈ ਸਮਝ ਨਹੀਂ ਆਉਂਦੀ ਗੱਡੀ ਠੀਕ ਜੇ 7 ਲੱਖ ਰੁਪਇਆ ਮੇਰਾ ਨੇ ਏਸੀ ਵਾਲੀ ਏ
ਯੂਰੋ ਇੰਜਣ ਵਾਲੀ ਏ 7 ਲੱਖ ਰੁਪਇਆ 7 ਲੱਖ ਰੁਪਇਆ ਨਹੀਂ ਆਉਂਦੀ 7 ਲੱਖ 10 ਹਜ਼ਾਰ ਬੋਲੋ ਚੱਲ ਮੈਂ ਦੇ ਦੇ ਚੱਲ ਪੜ ਮੈਂ ਮਜ਼ਾਕ ਨਹੀਂ ਕਰ ਰਿਹਾ ਸੀਰੀਅਸ ਆ 7 ਲੱਖ 10 ਹਜ਼ਾਰ ਰੁਪਇਆ 7 ਲੱਖ 10 ਹਜ਼ਾਰ ਰੁਪਇਆ ਹੈਲੋ ਦਿਓ ਪੈਸੇ ਠੀਕ ਹੈ ਬੇਟਾ ਦਿਓ ਦਾ ਕੋਈ ਨਹੀਂ ਇਸ ਟਾਈਮ ਦਿਓ ਹੈਲੋ ਬੇਟਾ ਮੈਂ ਫਿਰ ਕੁਛ ਹੈ ਕੋਈ 7-10 ਤੋਂ ਉੱਤੇ ਤਾਂ ਜੀ 7 ਲੱਖ 10 ਹਜ਼ਾਰ ਰੁਪਇਆ 13 ਮਾਡਲ ਦੀ ਮਿਲਾਨ 7 ਲੱਖ 10 ਹਜ਼ਾਰ ਰੁਪਇਆ ਹੈ ਕੋਈ 10 ਤੋਂ ਉੱਤੇ ਤਾਂ ਜੀ 7 ਲੱਖ 10 ਹਜ਼ਾਰ ਰੁਪਇਆ 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 ਯੂਰੋ ਜੀ ਯੂਰੋ ਜਣਾ ਹਾਂ 7-10 ਦੀ ਚਾਚੂ ਨੂੰ ਦੇ ਦਿਓ ਹਾਂਜੀ ਦਿਓ ਗੁਜ਼ਾਰਾ ਬੇਟਾ ਉਸ ਗਾਹਕਾਂ ਨੇ ਕਰਨਾ ਮੈਂ ਤਾਂ ਨਹੀਂ ਕਰਨਾ ਨਾ ਹੈ ਕੋਈ 7-10 ਉੱਤੇ ਦਾ ਜੀ ਦਿਓ ਚਾਚੂ ਪਿਆਨਾ ਦਿਓ ਹੈ ਕੋਈ 7-10 ਉੱਤੇ ਦਾ ਜੀ ਨਹੀਂ ਆਉਣੀ 7-10 ਦੀ ਕੋਈ ਬੰਦਾ ਗੱਡੀ ਨਾ ਲਵੇ ਅਸੀਂ ਆਪ ਗੱਡੀ ਲੈ ਸਕਦੇ ਜ਼ਿਆਦਤੀ ਨਹੀਂ ਅਸੀਂ ਕਰਦੇ ਤੇ ਗੱਲ ਇਹ ਰੇਟ ਗਲਤ ਅਸੀਂ ਨਹੀਂ ਲਾਉਂਦੇ ਲੋਕੀ ਰੇਟ ਲਾਉਂਦੇ ਮੈਂ ਰੇਟ ਆਪ ਲਾਉਂਦਾ ਮੈਂ ਰੇਟ ਉਹ ਲਾਉਂਦਾ ਜਿਹੜਾ ਮੈਂ ਗੱਡੀ ਦੇ ਪੈਸੇ ਭਰ ਸਕਦਾ ਇਹ ਗੱਲ ਨਹੀਂ ਥੋੜਾ ਜਿਹਾ ਸਿੱਧ ਹੋ ਗਿਆ ਠੀਕ ਹੈ ਦੱਸੋ ਠੀਕ ਹੈ ਦਿਨਿਆਂ ਦਾ
ਇਲੈਕਟ੍ਰੀਸ਼ਨ ਬੁਲਾ ਕੇ ਬਾਹਰ ਯਾਰ, ਉਸ ਤੋਂ ਬਗੈਰ ਨਹੀਂ ਚੱਲਣਾ। ਸਿਕਲਹਿਰ ਸ਼ਾਹ ਚਾਚੂ ਹੈ ਸਾਡੇ ਘਰ ਦੀ ਗੱਲ, ਮੈਂ ਕਿਹਾ ਮੇਰੀ ਜਵਾਬਦਾਰੀ ਹੈ, ਉਹ ਕੋਈ ਮਸਲਾ ਨਹੀਂ, ਉਹ ਮੇਰੇ ਘਰ ਦੀ ਗੱਲ, ਕੋਈ ਅਸਲ ਮਸਲਾ ਨਹੀਂ। ਉੱਥੇ ਇਤਨੇ ਟਾਈਮ ਵਾਲੇ ਖਾਤੇ ਜਿਹੜੀਆਂ ਕਿਵੇਂ ਮੈਂ ਤੁਹਾਡੇ ਖਾਤੇ ਨਹੀਂ ਨਹੀਂ ਅਸੀਂ ਟਾਈਮ ਦੀ ਗੱਲ ਕਰ, ਨਹੀਂ ਨਹੀਂ ਟਾਈਮ ਹੈਂ ਚੰਗਾ ਯਾਦ ਕਰ ਰਿਹਾ ਨਗਦ ਪੈਸੇ ਲੈ ਲੈ ਛੋੜ ਦੇ ਜੇ ਟਾਈਮ ਦਾ ਯਾਦ ਨਹੀਂ ਨਾ ਕਰਦਾ 35 ਕਰ ਐਲ 35 ਕਰ ਤਰੀਆਂ ਦੀ ਦੇ ਦੇ ਟਾਈਮ ਦੇ ਐਲ ਨਹੀਂ ਨਹੀਂ ਨਗਦਾਂ ਦੀ 10 ਦੀ ਦੇ ਦੇ ਤਰੀਆਂ ਦੀ ਟਾਈਮ ਦੇ ਐਲ ਨਹੀਂ ਪੈਂਦੇ ਫਿਰ 10ਾਂ ਦੀ ਗੱਡੀ ਦਿੰਦੇ ਨਹੀਂ ਦੇਣੀ 10,000 ਮੈਂ ਬਤਾਇਆ ਜੀ ਚੱਲ ਜਾਣ ਦੇ ਨਹੀਂ ਜੀ ਨਹੀਂ ਜੀ ਲੈ ਬਾਹਰ ਲਿਓ ਗੱਡੀ ਬਾਅਦ
ਖਾਨ ਸਾਹਿਬ, ਖਾਨ ਸਾਹਿਬ ਉਹ ਗੱਡੀ ਬਾਹਰ ਕਢਾ ਲਓ ਰੋਸ਼ਨੀ ਦੇ ਵਿੱਚ, ਅੱਗੇ ਨੂੰ ਕਿਹਾ ਜਿੰਨੀ ਹੋ ਸਕੇ ਅੱਗੇ ਲੈ ਕੇ ਆਵੇ। ਉਹ ਪਰਲੀ ਲਾਈਟ ਹੀ ਨਹੀਂ ਚੱਲ ਰਹੀ, ਅੱਗੇ ਲਿਆ ਜੀ ਜੀ, ਬਹੁਤ ਸ਼ੁਕਰੀਆ ਜੀ। ਨਹੀਂ ਜੀ ਨਹੀਂ, ਤੁਸੀਂ ਮੇਰੇ ਸਬਸਕ੍ਰਾਈਬਰ ਹੋ ਤੇ ਸਬਸਕ੍ਰਾਈਬਰ ਮੈਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰੇ ਨੇ, ਠੀਕ ਹੈ ਨਾ ਜੀ। ਸਪੈਸ਼ਲ ਤੁਹਾਡਾ ਇੰਟਰਵਿਊ ਹੋ ਰਿਹਾ ਜੀ, ਮੇਰੇ ਸਬਸਕ੍ਰਾਈਬਰ ਨੇ ਲਾਹੌਰ ਤੋਂ ਤਸ਼ਰੀਫ ਲੈ ਕੇ ਆਏ ਨੇ ਸਰਗੋਧਾ ਗੱਡੀ ਲੈਣ ਵਾਸਤੇ, ਔਰ ਦੇਖੋ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਪਾਉਣ ਦਾ ਮਸਲਾ ਵੀ ਹੈ, ਅਤੇ ਐਸੇ ਲੋਕ ਵੀ ਸਾਡੇ ਚੈਨਲ 'ਤੇ ਹਨ, ਮਦਦ ਕਰਨ ਵਾਲੇ ਲੋਕ ਨੇ। ਸਵਾ ਪੰਜ ਲੱਖ ਰੁਪਿਆ। ਹਾਂਜੀ, ਸਵਾ ਪੰਜ ਲੱਖ ਰੁਪਿਆ। ਹਾਂਜੀ, 5:30 ਜੀ, 5:30 ਕੀ ਹੋਇਆ ਜੀ? ਚਲੋ ਛੋੜ ਦਾ ਨਾ। ਹਾਂਜੀ, 6 ਜੀ, ਪੂਰੇ 6 ਕਰ, ਪੂਰੇ 6 ਦੀ ਦੇਣੀ ਹੈ, 5:30 ਦੀ ਗੱਡੀ ਦੇ ਦਿਓ।
₹5.5 lakh ਹਾਂ ਜੀ ਬੋਲੋ ਹਾਂਜੀ ਨਹੀਂ ₹5.5 lakh ਹੈ ਜੀ ਕੋਈ ਉੱਤੇ ਆਫਰ ₹5.5 lakh ਜੀ ₹5.5 lakh ਜੀ ਹਾਂ ਜੀ ₹5.5 lakh ਕੋਈ ਨਹੀਂ ਹੈ 580 ਜੀ ਜਾਕਰ ਸਾਹਿਬ ਅਬ ਆਪ ਬੋਲੇ ਆਬਾਸ ਕੀ ਪਾਰੀ ਹੁਣ ਪਗੜੀ ਲਾ ਚਾਚਾ ਗਰਮੀ ਹਵਾ ਲਵਾ ਸਿਰ ਨੂੰ ਮੁਬਾਰਕ ਹੋਵੇ ਸਰ ਬਹੁਤ ਬਿਹਤਰੀਨ ਹੋ ਗਏ ਚਾਬੀ ਦੋ ਜੀ ਲਾਓ ਜੀ ਆਪੇ ਲਾਂਦੇ ਜੀ ਲਾਂਦੇ ਮੁੰਡੇ ਕਿੱਧਰ ਗਏ ਦਿਓ ਗੱਡੀ ਲਵਾਓ ਸਾਈਡ ਤੇ ਗੱਡੀ ਸਾਈਡ ਤੇ ਲਵਾਓ ਗੱਡੀ ਲਾਕ ਕਰੋ ਕਾਗਜ਼ ਪੂਰੇ ਕਰੋ ਚੀਜ਼ਾਂ ਕੰਪਲੀਟ ਕਰਕੇ ਦਿਓ ਛੇ ਮਾਡਲ ਮਹਿਰਾਨ ਅੱਛੀ ਗੱਡੀ ਸਾਫ਼ ਸੁਥਰੀ ਮੇਰੇ ਚੈਨਲ ਦੇ ਸਬਸਕ੍ਰਾਈਬਰ ਲਿਆਕਤ ਸਾਹਿਬ ਲਾਹੌਰ ਤੋਂ ਤਸ਼ਰੀਫ ਲਾਏ ਬੜੀ ਮਿਹਨਤ ਸੀ ਗਾੜੀ ਉਹਨਾਂ ਕੋ ਲੈ ਕੇ ਦੇ ਦੀ ਹੈ ਲਾ ਲਿਓ